ਪਾਕਿਸਤਾਨ ਵਿੱਚ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਜ਼ਮੀਨ ਹੜੱਪਣ ਨੂੰ ਲੈ ਕੇ ਵੱਡੇ ਇਲਜ਼ਾਮ ਗੋਪਾਲ ਸਿੰਘ ਚਾਵੜਾ ਵੱਲੋਂ ਲਾਏ ਗਏ ਹਨ। ਗੋਪਾਲ ਸਿੰਘ ਚਾਵੜਾ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਉੱਪਰ ਕਬਜ਼ੇ ਹੋ ਰਹੇ ਹਨ। ਪੈਸੇ ਵਾਲੇ ਲੋਕ ਪੈਸੇ ਦੇ ਦਮ ਤੇ ਜ਼ਮੀਨ ਕਬਜ਼ਾ ਰਹੇ ਹਨ। ਇੱਕ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਸ਼ਰੇਆਮ ਧੱਕੇਸ਼ਾਹੀ ਹੈ। ਇਸ ਬਾਰੇ ਉਨ੍ਹਾਂ ਨੇ ਇੱਕ ਰਿਪੋਰਟ ਵੀ ਦਰਜ ਕਰਵਾਈ ਹੈ, ਪਰ ਪ੍ਰਸ਼ਾਸਨ ਨੇ ਸ਼ਿਕਾਇਤ ਦੇ ਬਾਵਜੂਦ ਆਪਣੇ ਕੰਨ ਬੰਦ ਕੀਤੇ ਹੋਏ ਹਨ। ਨਨਕਾਣਾ ਸਾਹਿਬ ਦੇ ਵਿੱਚ ਮਹਿਕਮਾ ਔਕਾਫ ਦੀ ਫੁੱਲ ਟਾਈਮ ਲੂਟ ਕਸੂਟ ਸ਼ੁਰੂ ਹੈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਸਿਰਫ ਅਮੀਰਾਂ ਦਾ ਹੱਕ ਨਹੀਂ ਹੈ ਕਿ ਅਮੀਰ ਜਿਹੜਾ 2 ਲੱਖ, ਜਿਹੜਾ 3 ਲੱਖ, ਜਿਹੜਾ 4 ਲੱਖ ਪਟਵਾਰੀਆਂ ਨੂੰ ਦੇ ਸਕੇ ਉਹਦਾ ਹੀ ਬਣੇ। ਆਸਫ ਚੱਦੜ ਹੈ ਪਟਵਾਰੀ ਜਿਹੜਾ ਕਿ ਇੱਥੇ ਰੱਬ ਬਣਿਆ। ਫਿਰ ਚਾਵੜਾ ਦਾ ਇਲਜ਼ਾਮ ਹੈ ਕਿ ਸਾਰੇ ਅਦਾਰੇ ਵੇਖਦੇ ਅਵੈਕਿਊ ਪ੍ਰਾਪਰਟੀ ਟਰੱਸਟ ਵੀ ਇਹਨਾਂ ਲੋਕਾਂ ਨਾਲ ਮਿਲੀ ਭੁਗਤ ਹੈ। ਉਸਦਾ ਕਹਿਣਾ ਕਿ ETBP ਚੇਅਰਮੈਨ ਆਮਿਰ ਅਹਿਮਦ ਦੇ ਭ੍ਰਿਸ਼ਟਾਚਾਰ ਦੇ ਉਸ ਕੋਲ ਪੁਖਤਾ ਸਬੂਤ ਹਨ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਚੁੱਪ ਹੈ। ਉਹਦੇ ਬਾਰੇ, ਉਹਦੇ ਖਿਲਾਫ, ਉਹਦੇ ਕਾਫੀ ਸਾਰੇ ਸਬੂਤ ਜਿਹੜੇ ਮੈਂ ਇਕੱਠੇ ਕੀਤੇ ਔਰ ਚੇਅਰਮੈਨ ਨੂੰ ਭੇਜੇ, ਸੈਕਟਰੀ ਔਕਾਫ ਨੂੰ ਭੇਜੇ, ਪਰ ਉਹਨਾਂ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ। ਔਰ ਬਿਲਕੁਲ ਰਾਈਟ ਦੇ ਉਹਨੇ 3-4 ਹਵੇਲੀਆਂ ਬੁਲਵਾਈਆਂ ਔਰ 3-3, 4-4 ਲੱਖ ਰੁਪਏ ਲਿਆ। ਉਸਦਾ ਕਹਿਣਾ ਕਿ ਚੇਅਰਮੈਨ ਜ਼ਮੀਨ ਤੇ ਕਬਜ਼ਾ ਕਰਨ ਵਾਲਿਆਂ ਨਾਲ ਮਿਲਿਆ ਹੋਇਆ ਹੈ। ਇਸ ਬਾਰੇ ਉਸ ਕੋਲ ਬਕਾਇਦਾ ਪੁਖਤਾ ਸਬੂਤ ਹਨ, ਪਰ ਪ੍ਰਸ਼ਾਸਨ ਨੇ ਪਤਾ ਨਹੀਂ ਕਿਉਂ ਚੁੱਪ ਵੱਟੀ ਹੋਈ ਹੈ। ਗੁਰਦੁਆਰਾ ਨਾਲ ਸੰਬੰਧਿਤ ਇਹ ਜ਼ਮੀਨ ਗੁਰੂ ਨਾਨਕ ਦੇਵ ਜੀ ਦੀ ਹੈ ਅਤੇ ਗਰੀਬਾਂ ਦੀ ਥਾਂ ਇਸ ਉੱਪਰ ਪੈਸੇ ਵਾਲੇ ਧਨਾੜ ਕਬਜ਼ੇ ਕਰ ਰਹੇ ਹਨ। 4-5 ਲੱਖ ਦੀ ਅਦਾਇਗੀ ਨਾਲ ਉਹ ਜ਼ਮੀਨਾਂ ਕਬਜ਼ਾ ਰਹੇ ਹਨ ਅਤੇ ਇਸ ਦੀ ਸਾਂਭ ਸੰਭਾਲ ਦਾ ਜ਼ਿੰਮੇਵਾਰ ਅਵੈਕਿਊ ਟਰੱਸਟ ਨਾ ਸਿਰਫ ਤਮਾਸ਼ਬੀਨ ਬਣਿਆ ਹੈ ਬਲਕਿ ਉਸਦੀ ਇਸ ਵਿੱਚ ਮਿਲੀ ਭੁਗਤ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।